ਇਹ ਜਿਹੜੀ ਹੜਤਾਲ ਹੋਈ ਪਈ ਹੈ ਸਾਡੀ ਪਿਛਲੇ 31 ਤਰੀਕ ਤੋਂ ਜਿਹੜੀ ਅਸੀਂ ਲਗਾਤਾਰ ਹੜਤਾਲ ਦੇ ਵਿੱਚ ਹੈਗੇ ਹਾਂ ਜਿਹਦੇ ਵਿੱਚ ਸਾਨੂੰ ਕੱਲ੍ਹ ਹੀ ਸੁਨੇਹਾ ਲੱਗਾ ਹੈ ਕਿ ਕੱਲ੍ਹ ਮੁੱਖ ਮੰਤਰੀ ਪੰਜਾਬ ਦੇ ਨਾਲ 4:30 ਵਜੇ ਦੀ ਮੀਟਿੰਗ ਤੈਅ ਹੋਈ ਹੈ ਉਹਦਾ ਅਸੀਂ ਸੱਦਾ ਸੁਨੇਹਾ ਇਹਨਾਂ ਨੂੰ ਆਪਣੀ ਕੌਂਸਲ ਨੂੰ ਦੇਣ ਆਏ ਸੀਗੇ ਔਰ ਇਸ ਮਾਧਿਅਮ ਤੋਂ ਅਸੀਂ ਅਪੀਲ ਕਰਦੇ ਹਾਂ ਪੰਜਾਬ ਸਰਕਾਰ ਨੂੰ ਕਿ ਇਹਨਾਂ ਦੀਆਂ ਮੰਗਾਂ ਜਿਹੜੀਆਂ ਲਗਾਤਾਰ 9 ਸਾਲ ਹੋ ਗਏ ਓਬਵੀਅਸਲੀ ਹੋਈ ਪਈ ਸਰਕਾਰ ਆ ਜਿਹਨੂੰ ਵਾਰ-ਵਾਰ ਅਸੀਂ ਸਮੇਂ-ਸਮੇਂ ਤੇ ਚਿਤਾਇਆ ਜਾ ਰਿਹਾ ਸਾਡੇ ਵੱਲੋਂ ਪਰ ਇਹਨਾਂ ਦੇ ਕੰਨਾਂ 'ਤੇ ਜੂ ਨਹੀਂ ਰੇਂਗਦੀ ਜੇ ਇਹਨਾਂ ਨੇ ਕੋਈ ਜਿਹੜੀਆਂ ਸਾਡੀਆਂ ਬਣਦੀਆਂ ਹੱਕ ਹਕੂਕ ਦੀਆਂ ਜਿਹੜੀਆਂ ਮੰਗਾਂ ਹੈ ਇਹਨਾਂ ਨੂੰ ਪੂਰਾ ਨਾ ਕੀਤਾ ਤਾਂ ਸਰਕਾਰ ਨੂੰ ਗੰਭੀਰ ਨਤੀਜੇ ਜਿਹੜੇ ਭੁਗਤਣੇ ਪੈਣਗੇ। ਭਾਅ ਜੀ, ਮੈਂ ਸੰਜੀਵ ਸਿੰਘ ਜੀ, ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ ਨਗਰ ਪੰਚਾਇਤ ਕਰਤਾਰਪੁਰ। ਸਾਡੀ 30 ਤਰੀਕ ਤੋਂ ਇੱਥੇ ਹੜਤਾਲ ਚੱਲ ਰਹੀ ਹੈ। ਸਰਕਾਰ ਦੇ ਹਾਲੇ ਤੱਕ ਵੀ ਸਿਰ 'ਤੇ ਕੋਈ ਜੂ ਨਹੀਂ ਸਿੱਟਿਆ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਜਿੰਨੀਆਂ ਵੀ ਮੰਗਾਂ ਵਾ ਉਹ ਸਾਰਾ ਵਾਜਬ ਆ, ਸਰਕਾਰ ਨੂੰ ਸਾਡਾ ਹੱਕ ਜਿਹੜਾ ਉਹ ਦੇਣੇ ਚਾਹੀਦਾ ਵਾ। ਅੱਜ ਅਸੀਂ ਆਪਣੇ ਜਲੰਧਰ ਤੋਂ ਸਾਡੇ ਪ੍ਰਧਾਨ ਪੰਜਾਬ ਫੈਡਰੇਸ਼ਨ ਚੰਦਨ ਗੜੇਵਾਲ ਜੀ ਉਹ ਇੱਥੇ ਆਏ ਸੀ ਜੀ, ਔਰ ਸਾਡਾ ਉਹਨਾਂ ਨੇ ਸਰਕਾਰ ਦੇ ਨਾਲ ਕੱਲ੍ਹ ਉਹਨਾਂ ਦੀ ਹੈ ਨਾ ਮੀਟਿੰਗ ਹੈਗੀ ਆ 4:30 ਦੀ, ਔਰ ਉਹ ਕਹਿੰਦੇ ਆ ਕਿ ਜਿੰਨਾ ਤੁਹਾਡਾ ਜੋ ਵੀ ਹੱਕ ਤੁਹਾਡਾ ਬਣਦਾ ਉਹ ਅਸੀਂ ਸਰਕਾਰ ਕੋਲੋਂ ਤੁਹਾਨੂੰ ਲੈ ਕੇ ਦੇਵਾਂਗੇ। ਔਰ ਸਾਡੇ ਇੱਥੇ ਪੂਰੀ ਯੂਨੀਅਨ ਨੂੰ ਆਸ਼ਵਾਸਨ ਦੇ ਕੇ ਗਏ ਆ ਕਿ ਜਿਹੜਾ ਹੱਕ ਤੁਹਾਡਾ ਰਾਖਵੇਂ ਹੈਗੇ ਆ ਉਹ ਦੇ ਕੇ ਰੱਖਾਂ ਲਵਾਂਗੇ।